ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਿਕਰਮਜੀਤ ਸਿੰਘ ਟੀ ਵੀ 16 ਟੋਰਾਂਟੋ ਤੋਂ ਤੁਹਾਡਾ ਦੋਸਤ ਅਤੇ ਹੋਸਟ। ਇਸ ਟਾਈਮ ਮੋਤੀ ਮਹਿਲ ਦੇ ਵਿੱਚ ਵਿਆਹ ਵਰਗਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ। ਮਹਾਰਾਣੀ ਪਰਨੀਤ ਕੌਰ ਜੀ ਇੱਕ ਚੰਗੀ ਚਿੱਤ ਦੇ ਨਾਲ ਹੈਗਾ, ਉਹ ਜਿੱਤ ਚੁੱਕੇ ਨੇ ਅਤੇ ਜਿਹੜੇ ਸਮਰਥਕ ਨੇ, ਜਿਹੜੇ ਅਹੁਦੇਦਾਰ ਨੇ, ਇਸ ਟਾਈਮ ਮੋਤੀ ਮਹਿਲ ਦੇ ਵਿੱਚ ਵਧਾਈਆਂ ਦੇਣ ਲਈ ਇੱਥੇ ਪਹੁੰਚੇ ਹੋਏ ਨੇ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਝਲਕ ਹੈ ਉਹਨਾਂ ਦੀ, ਕਿੱਦਾਂ ਦੀ ਨਜ਼ਰ ਆ ਰਹੀ ਹੈ? ਹਾਂਜੀ, ਮਹਾਰਾਣੀ ਪਰਨੀਤ ਕੌਰ ਜੀ ਜੀ ਚੰਗੀ ਲੀਡ ਦੇ ਨਾਲ ਜਿੱਤੇ ਨੇ, ਕਿੱਦਾਂ ਦਾ ਮਾਹੌਲ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਇਸ ਟਾਈਮ? ਅੱਜ ਜਿਹੜੀ ਹੈਗੀ ਮਹਾਰਾਣੀ ਪ੍ਰੀਤ ਕੌਰ ਦੀ ਜਿੱਤ ਜਿਹੜੀ ਹੈਗੀ ਉਹ ਪਟਿਆਲਾ ਨਿਵਾਸੀਆਂ ਦੀ ਜਿੱਤ ਹੈ, ਪਟਿਆਲਾ ਕੰਸਟੀਚੁਐਂਸੀ ਦੀ ਜਿੱਤ ਹੈ, ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੈ। ਲੋਕਾਂ ਨੇ ਕਾਂਗਰਸ ਅਤੇ ਔਰ ਮਹਾਰਾਣੀ ਪ੍ਰੀਤ ਕੌਰ 'ਤੇ ਭਰੋਸਾ ਦਵਾਇਆ। ਪਿਛਲੇ 2 ਸਾਲ ਦੀ ਜੋ ਡਿਵੈਲਪਮੈਂਟ ਹੈਗੀ, ਆਉਣ ਵਾਲੇ 3 ਸਾਲ ਦਾ ਜੋ ਫਿਊਚਰ ਹੈ, ਔਰ ਮੈਂਬਰ ਪਾਰਲੀਮੈਂਟ ਦੀ ਜੋ 5 ਸਾਲ ਦੀ ਕਾਰਗੁਜ਼ਾਰੀ ਹੈ ਉਹ ਲੋਕ ਹਿੱਤ ਦੀ ਹੋਏਗੀ। ਇਸ ਕਰਕੇ ਲੋਕਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ 'ਤੇ ਮਹਾਰਾਣੀ ਪ੍ਰੀਤ ਕੌਰ ਨੂੰ ਜਿਤਾਇਆ, ਔਰ ਅਸੀਂ ਜਿਹਨਾਂ ਵੋਟਰਾਂ ਦਾ ਧੰਨਵਾਦ ਕਰਦੇ ਹਾਂ, ਨਾਲ ਹੀ ਵਰਕਰਾਂ ਦਾ ਧੰਨਵਾਦ ਕਰਦੇ ਹਾਂ। ਪਿਛਲੇ 2.5 ਮਹੀਨੇ ਤੋਂ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਅੱਜ ਅਸੀਂ ਸਾਰੇ ਹੀ ਪਟਿਆਲਾ ਮੋਤੀ ਬਾਗ ਦੇ ਵਿੱਚ ਮਹਾਰਾਣੀ ਸਾਹਿਬ ਨੂੰ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ, ਜਿਹੜੇ ਕਿ ਇਲੈਕਸ਼ਨ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰੇ, ਉਹਨਾਂ ਨੂੰ ਵਧਾਈ ਦੇਣ ਆਏ ਹਾਂ, ਔਰ ਪਟਿਆਲਾ ਨਿਵਾਸੀ ਔਰ ਪਟਿਆਲਾ ਕੰਸਟੀਚੁਐਂਸੀ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਦਿੱਤਾ। ਇਲੈਕਸ਼ਨ ਕੰਪੇਨ ਕੀਤੀ, ਬੜਾ ਕੁਝ ਦੇਖਿਆ, ਲੇਕਿਨ ਮੁਕਾਬਲਾ ਜਿਹੜਾ ਹੈਗਾ ਉਹ ਗਾਂਧੀ ਨਾਲ ਦਿਖਾਇਆ ਗਿਆ, ਕੀ ਸਿਰਫ ਉਹ ਕਲੋਲਾਂ ਸਨ? ਦੇਖੋ, ਗੱਲ ਸੁਣੋ, ਕੋਈ ਵੀ ਕੈਂਡੀਡੇਟ ਹੈ ਜਦੋਂ ਇਲੈਕਸ਼ਨ ਲੜਦਾ ਉਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਜਿੱਤ ਦੇ ਉਸ 'ਤੇ ਹਾਂ, ਲੇਕਿਨ ਇਹ ਤਾਂ ਵੋਟਰ ਦੇ ਹੱਥ ਹੈ। ਵੋਟਰ ਨੇ ਅੱਜ ਮਹਾਰਾਣੀ ਪ੍ਰੀਤ ਕੌਰ 'ਤੇ ਭਰੋਸਾ ਕੀਤਾ ਔਰ ਮਹਾਰਾਣੀ ਪ੍ਰੀਤ ਕੌਰ ਨੂੰ ਜਿਤਾਇਆ, ਉਹਦਾ ਫਲਸਰੂਪ ਤੁਹਾਡੇ ਸਾਹਮਣੇ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਮਹਾਰਾਣੀ ਸਾਹਿਬ ਪਹਿਲੇ ਵਿਦੇਸ਼ ਰਾਜ ਮੰਤਰੀ ਹੈ, ਵਿਦੇਸ਼ ਰਾਜ ਮੰਤਰੀ ਰਹੇ, ਉਹ ਅੱਜ ਮੈਂਬਰ ਪਾਰਲੀਮੈਂਟ ਬਣੇ, ਅੱਗੇ ਦਿੱਲੀ ਦੀ ਸਰਕਾਰ ਦੇ, ਦਿੱਲੀ ਦੀ ਸਰਕਾਰ ਕਿਸ ਦੀ ਬਣਦੀ ਹੈ? ਔਰ ਮਹਾਰਾਣੀ ਪ੍ਰੀਤ ਕੌਰ ਇੱਕ ਐਸੀ ਸ਼ਖਸੀਅਤ ਹੈ ਕਿ ਜਿੱਥੇ ਪੰਜਾਬ ਦੀ ਸਰਕਾਰ ਤਾਂ ਹੈ ਹੀ ਹੈ, ਦਿੱਲੀ ਦੀ ਸਰਕਾਰ ਤੋਂ ਵੀ ਲਿਆ ਕੇ ਗ੍ਰਾਂਟ ਪਟਿਆਲਾ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਕੇ। ਪਟਿਆਲਾ ਵਾਸੀਆਂ ਨੇ ਜਿੱਥੇ ਪੂਰੀ ਲੋਕ ਸਭਾ ਹਲਕਾ ਪਟਿਆਲਾ ਨੇ ਦਿੱਤੀ ਹੈ, ਅਤੇ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ? ਮੇਰੇ ਵੱਲੋਂ ਲੱਖ ਲੱਖ ਧੰਨਵਾਦ ਇੱਕ ਇੱਕ ਵੋਟਰ ਦਾ, ਇੱਕ ਇੱਕ ਸਪੋਰਟਰ ਦਾ, ਸਾਰੇ ਜਿਹੜੇ ਸਾਡੇ MLA ਸੀ, ਹਲਕਾ ਇੰਚਾਰਜ ਔਰ ਕਾਂਗਰਸ ਪਾਰਟੀ ਦੇ ਵਰਕਰ, ਔਰ ਇੱਕ ਇੱਕ ਵਿਅਕਤੀ ਪਟਿਆਲਵੀ ਦਾ ਜਿਨ੍ਹਾਂ ਨੇ ਹਰ ਚੀਜ਼ ਤੋਂ ਉੱਪਰ ਉੱਠ ਕੇ ਇੱਕ ਪਰਿਵਾਰਕ ਤੌਰ ਦੇ ਉੱਤੇ ਹਲਕੇ ਨੇ ਵੋਟ ਪਾਈ ਹੈ। ਇਹ ਜਿੱਤ ਦਾ ਸਿਹਰਾ ਇਹਨਾਂ ਦੇ ਸਿਰ। ਪਟਿਆਲਾ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ, ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਨੇ, ਇਹਨਾਂ ਵਿੱਚ ਕਿੰਨੀ ਕੁ ਤੇਜ਼ੀ ਲਿਆਂਦੀ ਜਾਏਗੀ ਵਿਕਾਸ ਕਾਰਜ 'ਚ? ਤੇਜ਼ੀ ਆਈ ਹੋਈ ਹੈ, ਤੇਜ਼ੀ ਹੋਰ ਵੀ ਆਊਗੀ, ਔਰ 3 ਸਾਲ ਪਏ ਨੇ, ਵਧੀਆ ਵਿਕਾਸ ਕਰਕੇ ਦੇਵਾਂਗੇ। ਸਾਡੇ ਨਾਲ ਨੇ ਇਸ ਟਾਈਮ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬੀਬੀ ਹਰਸ਼ਿੰਦਰ ਕੌਰ ਜੀ, ਅਤੇ ਨਾਲ ਨੇ ਗੁਰਸ਼ਰਨ ਕੌਰ ਜੀ, ਨਾਲ ਨੇ ਜਸਵਿੰਦਰ ਰੰਧਾਵਾ ਜੀ। ਆਓ ਅਸੀਂ ਗੱਲਬਾਤ ਕਰਦੇ ਹਾਂ ਜਿਹੜੀ ਖੁਸ਼ੀ ਦੀ ਝਲਕ ਹੈ ਉਹਨਾਂ ਦੇ ਚਿਹਰੇ 'ਤੇ ਕਿੱਦਾਂ ਦੀ ਝਲਕਦੀ ਹੈ। ਹਾਂਜੀ, ਗੁਰਸ਼ਰਨ ਕੌਰ ਰੰਧਾਵਾ ਜੀ, ਮਹਾਰਾਣੀ ਪਰਨੀਤ ਕੌਰ ਜੀ ਚੰਗੀ ਲੀਡ ਦੇ ਨਾਲ ਜਿਹੜੇ ਜਿੱਤਦੇ ਨੇ ਅਜੇ? ਸਭ ਤੋਂ ਪਹਿਲਾਂ ਤਾਂ ਜੀ ਮੈਂ ਮਹਾਰਾਣੀ ਸਾਹਿਬ ਨੂੰ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਜਿਹੜਾ ਉਹਨਾਂ ਦਾ ਆਪਣਾ ਜ਼ਿਲ੍ਹਾ ਅਤੇ ਬਹੁਤ ਹੀ ਚੰਗੀ ਲੀਡ ਦੇ ਨਾਲ ਅਸੀਂ ਇੱਥੋਂ ਜਿੱਤੇ ਹਾਂ। ਦੂਜੀ ਗੱਲ, ਮੈਂ ਧੰਨਵਾਦ ਕਰਦੀ ਹਾਂ ਸਾਰੇ ਹਲਕੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਸੂਝਵਾਨ ਉਮੀਦਵਾਰ ਨੂੰ ਆਪਣੀ ਵੋਟ ਪਾਈ, ਔਰ ਉਹਨਾਂ ਦੀ ਵੋਟ ਮੈਂ ਸਮਝਦੀ ਹਾਂ ਖਰਾਬ ਨਹੀਂ ਜਾਊਗੀ, ਉਹਨਾਂ ਦੀ ਵੋਟ ਦਾ ਉਹਨਾਂ ਨੂੰ ਪੂਰਾ ਹੱਕ ਮਿਲੂਗਾ। ਪਹਿਲਾਂ ਵੀ 3 ਵਾਰ ਮਹਾਰਾਣੀ ਸਾਹਿਬ MP ਰਹੇ ਅਤੇ ਉਹਨਾਂ ਨੇ ਕਸਰ ਨਹੀਂ ਛੱਡੀ ਇਸ ਹਲਕੇ ਦੀ ਵਿਕਾਸ ਕਾਰਜ ਕਰਾਉਣ ਦੀ, ਅਤੇ ਸਾਨੂੰ ਤਾਂ ਬਹੁਤ ਖੁਸ਼ੀ ਹੈ ਕਿਉਂਕਿ CM ਸਾਹਿਬ ਵੀ ਪਟਿਆਲਾ ਜ਼ਿਲ੍ਹੇ ਦੇ ਨੇ,
ਅਤੇ ਮਹਾਰਾਣੀ ਸਾਹਿਬ ਵੀ ਚੌਥੀ ਵਾਰ MP ਬਣੇ ਨੇ ਪਟਿਆਲਾ ਜ਼ਿਲ੍ਹੇ ਦੇ ਨੇ। ਸਾਰਾ ਪਟਿਆਲਾ ਬਹੁਤ ਖੁਸ਼ ਹੈ, ਉਹਨਾਂ ਨੂੰ ਇਹ ਖੁਸ਼ੀ ਬਹੁਤ ਜ਼ਿਆਦਾ ਹੈ ਕਿ ਜਿਹੜੀ ਸਾਡੀ ਵੋਟ ਅਸੀਂ ਪਾਈ ਹੈ ਉਹ ਬਹੁਤ ਵਧੀਆ ਸੀ, ਇੱਕ ਕੈਂਡੀਡੇਟ ਨੂੰ ਪਾਈ ਹੈ ਜੋ ਕਿ ਹਰ ਇੱਕ ਘਰ ਦੇ, ਇੱਕ ਲੀਡਰ ਹੀ ਨਹੀਂ ਹਰ ਇੱਕ ਘਰ ਦੇ ਦੁੱਖ ਸੁੱਖ ਦੇ ਸਾਂਝੀ ਵੀ ਨੇ। ਸੋ ਬਹੁਤ ਬਹੁਤ ਵਧਾਈ ਸਾਰੇ ਪੰਜਾਬ ਵਾਸੀਆਂ ਨੂੰ। ਧਾਰਨਾ ਸੀ ਵੀ ਲੰਬੇ ਸਮੇਂ ਤੋਂ ਜਿਹੜਾ ਤੀਜਾ ਮੋਰਚਾ ਪੰਜਾਬ 'ਚ ਜਿਹੜਾ ਸਕਸੈਸਫੁਲ ਨਹੀਂ ਹੋ ਸਕਿਆ, ਕਾਮਰੇਡ ਵੀ ਆਏ, CPI ਵੀ ਆਈ, ਲੋਕ ਭਲਾਈ ਪਾਰਟੀ ਵੀ ਆਈ, ਪੀਪਲਸ ਪਾਰਟੀ ਵੀ ਆਈ, ਆਮ ਆਦਮੀ ਪਾਰਟੀ, ਇਸ ਵਾਰੀ PDA ਵੀ ਉੱਭਰ ਕੇ ਸਾਹਮਣੇ ਆਈ, ਤੁਹਾਨੂੰ ਕੀ ਲੱਗਦਾ ਜਿਹੜਾ ਤੀਜਾ ਮੋਰਚਾ ਉਹਨੂੰ ਨਕਾਰ ਚੁੱਕਿਆ ਪੰਜਾਬ ਦੇ ਲੋਕ? ਬਿਲਕੁਲ ਨਕਾਰ ਚੁੱਕਿਆ ਜੀ। ਅੱਜ ਕੱਲ੍ਹ ਜਿਹੜਾ ਵੋਟਰ ਹੈ ਉਹ ਬਹੁਤ ਸੂਝਵਾਨ ਹੈ, ਉਹਨਾਂ ਦੇ ਵਿੱਚ ਬਹੁਤ ਅਵੇਅਰਨੈਸ ਹੈ, ਉਹਨਾਂ ਨੇ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕੀਤਾ ਬਹੁਤ ਸੋਚ ਸਮਝ ਕੇ ਕੀਤਾ ਕਿ ਕਿਸ ਤਰ੍ਹਾਂ ਸਾਡੇ ਬੱਚਿਆਂ ਦਾ, ਜੋ ਪੰਜਾਬ ਦੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਦਾ ਭਵਿੱਖ ਕੌਣ ਸੰਵਾਰ ਸਕਦਾ, ਇਹ ਸੋਚ ਕੇ ਉਹਨਾਂ ਨੇ ਆਪਣਾ ਵੋਟ ਦਿੱਤਾ। ਅਤੇ ਫਿਰ ਕਾਂਗਰਸ ਪਾਰਟੀ ਹੀ ਮੈਂ ਸਮਝਦੀ ਹਾਂ, ਦੇਖੋ ਕਿੰਨੀ ਵੱਡੀ ਸ਼ਾਨਦਾਰ ਜਿੱਤ, ਅੰਮ੍ਰਿਤਸਰ ਅਸੀਂ ਜਿੱਤੇ ਹਾਂ, ਲੁਧਿਆਣਾ ਜਿੱਤੇ ਹਾਂ, ਜਲੰਧਰ ਜਿੱਤੇ ਹਾਂ, ਅਸੀਂ ਖਡੂਰ ਸਾਹਿਬ ਜਿੱਤੇ ਹਾਂ, ਸਵੇਰ ਤੋਂ ਅਸੀਂ ਦੇਖ ਰਹੇ ਸਾਰੇ, ਮੈਂ ਵੀ ਇੱਥੇ ਹੈਗੀ ਹਾਂ, ਪੂਰਾ ਰੁਝਾਨ ਨਹੀਂ ਦੇਖੇ ਪਰ ਬਹੁਤ ਵਧੀਆ CM ਸਾਹਿਬ ਕਰਕੇ ਵੀ ਬਹੁਤ ਫਰਕ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੈ ਬਹੁਤ ਅਗਾਂਹ ਵਧੂ ਸੋਚ ਹੈ ਅਤੇ ਪੰਜਾਬ ਨੂੰ ਅੱਗੇ ਲੈ ਕੇ ਆਉਣ ਵਾਲੀ ਸੋਚ। ਜਿੱਥੇ ਮਹਾਰਾਣੀ ਪਰਨੀਤ ਕੌਰ ਦੀ ਜਿੱਤ ਦੇ ਜਿਹੜੇ ਜਸ਼ਨ ਨੇ ਮੋਤੀ ਮਹਿਲ ਦੇ ਵਿੱਚ ਮਨਾਏ ਜਾ ਰਹੇ ਨੇ ਅਤੇ ਇਹਨਾਂ ਦੀ ਜਿੱਤ ਦੇ ਜਸ਼ਨ ਦੇ ਵਿੱਚ ਵੱਡੇ ਜਿਹੜੇ ਕਾਫਲੇ ਨੇ ਮੋਤੀ ਮਹਿਲ ਦੇ ਵਿੱਚ ਆ ਰਹੇ ਨੇ ਅਤੇ ਵਧਾਈਆਂ ਦੇਣ ਦਾ ਜਿਹੜਾ ਤਾਂਤਾ ਉਹਨਾਂ ਦੇ ਪਰਿਵਾਰ ਨੂੰ ਦੇਣ ਦਾ ਲੱਗਿਆ ਹੋਇਆ। ਬੀਬਾ ਜੈਇੰਦਰ ਕੌਰ ਜੀ ਵੀ ਜਿਹੜੇ ਕਹਿੰਦੇ ਵਧਾਈਆਂ ਸਵੀਕਾਰ ਕਰ ਰਹੇ ਨੇ। ਸਾਡੇ ਵਿਚਕਾਰ ਨੇ ਨਰੇਸ਼ ਦੁੱਗਲ ਜੀ ਜੋ ਕਿ MC ਨੇ ਇਸ ਟਾਈਮ ਮੌਜੂਦਾ ਪਟਿਆਲਾ ਦੇ ਵਿੱਚ। ਆਓ ਅਸੀਂ ਗੱਲਬਾਤ ਕਰਦੇ ਹਾਂ, ਉਹ ਕਿੱਦਾਂ ਦੀ ਖੁਸ਼ੀ ਦੀ ਜਿਹੜੀ ਝਲਕ ਉਹਨਾਂ ਦੇ ਚਿਹਰੇ 'ਤੇ ਨਜ਼ਰ ਆ ਰਹੀ। ਮਹਾਰਾਣੀ ਪਰਨੀਤ ਕੌਰ ਜੀ ਇੱਕ ਚੰਗੀ ਲੀਡ ਦੇ ਨਾਲ ਜਿਹੜਾ ਹੈਗਾ ਪਟਿਆਲਾ ਤੋਂ ਜੇਤੂ ਕਰਾਰ ਥੋੜ੍ਹੇ ਸਮੇਂ ਦੇ ਵਿੱਚ ਹੋਣ ਜਾ ਰਹੇ ਨੇ, ਤੁਹਾਡਾ ਕੀ ਮੈਸੇਜ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜੀ ਇਹ ਜਿੱਤ ਹੈ ਇਹ ਪਟਿਆਲੀ ਵੇਂ ਦੀ ਜਿੱਤ ਹੈ। ਮਹਾਰਾਜਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਜੋ ਸਾਡੇ ਮੁੱਖ ਮੰਤਰੀ ਨੇ, ਉਹਨਾਂ ਨੇ ਜੋ ਸਾਡਾ 10 ਸਾਲ ਤੋਂ ਰੁਕਿਆ ਹੋਇਆ ਵਿਕਾਸ ਸੀ, ਦਿਲ ਖੋਲ੍ਹ ਕੇ ਪਟਿਆਲੇ ਵਾਸਤੇ ਪੈਸੇ ਦਿੱਤੇ, ਫੰਡ ਦਿੱਤੇ ਔਰ ਵੱਡੇ ਵੱਡੇ ਪੱਧਰ 'ਤੇ ਜੋ ਸਾਡਾ ਵਿਕਾਸ ਕਰਾਇਆ, ਅਤੇ ਉਹ ਇਹ ਉਸ ਦਾ ਨਤੀਜਾ ਵੀ ਮਹਾਰਾਣੀ ਸਾਹਿਬ ਐਡੇ ਵੱਡੇ ਲੀਡ ਨਾਲ ਜਿੱਤ ਰਹੇ ਨੇ। ਤੁਹਾਨੂੰ ਲੱਗਦਾ ਸੀ ਦੁੱਗਲ ਸਾਹਿਬ ਤੁਸੀਂ ਇਲੈਕਸ਼ਨ ਵੀ ਕੰਪੇਨ ਕੀਤੀ ਹੈ, ਕਿਤੇ ਨਾ ਕਿਤੇ ਇਸ ਸੀਟ 'ਤੇ ਜਿਹੜਾ ਖਤਰਾ ਮੰਡਰਾਇਆ ਹੋਇਆ ਸੀ, ਗਾਂਧੀ ਨਾਲ ਜਿਹੜਾ ਹੈਗਾ ਮੁਕਾਬਲਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਸੀ, ਕੁਛ ਮੋਦੀ ਲਹਿਰ ਵੀ ਸੀ, ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਹੈਗਾ ਗਾਂਧੀ ਦਾ ਜਿਹੜਾ PDA ਨਵਾਂ ਪੰਜਾਬ ਹੈ ਜਿਹੜੀ ਉਹਨਾਂ ਨੇ ਜਿੱਤ ਦੇ ਦਾਅਵੇ ਕੀਤੇ ਸਨ, ਉਹ ਜਿੱਤ ਦੇ ਦਾਅਵੇ ਕਿਵੇਂ ਝੂਠ ਨਿਕਲੇ ਨੇ? ਉਹ ਟੋਟਲੀ ਝੂਠ ਦਾ ਪ੍ਰਚਾਰ ਸੀ, ਕਿਉਂਕਿ ਅਸੀਂ ਕਦੇ ਵੀ ਨਹੀਂ ਮਹਿਸੂਸ ਕੀਤਾ ਵੀ ਅਸੀਂ ਸੀਟ ਕਿਸੇ ਗੱਲੋਂ ਲੂਜ਼ ਕਰਾਂਗੇ, ਕਿਉਂਕਿ ਜੋ ਡਿਵੈਲਪਮੈਂਟ ਲੋਕ ਚਾਹੁੰਦੇ ਸੀ ਉਹਨਾਂ ਦੇ ਮੁਤਾਬਕ ਮਹਾਰਾਜ ਸਾਹਿਬ ਨੇ 2 ਸਾਲ ਦੇ ਅੰਦਰ ਇਹ ਕਰਵਾ ਕੇ ਦਿਖਾਈ, ਅਤੇ ਇਹ ਜਿਹੜੇ ਝੂਠੇ ਪ੍ਰਚਾਰ ਸੀ ਉਹ ਅੱਜ ਤੁਹਾਡੇ ਸਾਹਮਣੇ ਆ। ਜਿਹੜੀ ਐਡੀ ਵੱਡੀ ਜਿੱਤ ਹੋਈ ਹੈ ਇਹ ਪਟਿਆਲਵੀਆਂ ਦੀ, ਸਾਰੇ ਪੰਜਾਬ ਦੀ ਹੀ ਜਿੱਤ ਹੋਈ ਹੈ। ਇਹ ਵਿਰੋਧੀਆਂ ਦਾ ਪ੍ਰਚਾਰ ਸੀ, ਮੈਂ ਇਸ ਪਰਿਵਾਰ ਦਾ, ਕਾਂਗਰਸ ਪਾਰਟੀ ਦਾ ਵਫਾਦਾਰ ਸਿਪਾਹੀ ਹੈ। ਸਾਨੂੰ ਕਦੇ ਵੀ ਨਹੀਂ ਮਹਿਸੂਸ ਹੋਇਆ ਵੀ ਕਦੇ ਇੱਥੇ ਲੋਕਾਂ ਦੇ ਕਦੇ ਵਾਸਤੇ ਦਰਵਾਜ਼ੇ ਬੰਦ ਨੇ। ਇਹ ਲੋਕ ਜਿਹੜੇ ਵਿਰੋਧੀ ਨੇ ਉਹ ਝੂਠ ਪ੍ਰਚਾਰ ਕਰਦੇ ਨੇ। ਇੱਥੇ ਕੋਈ ਵੀ, ਕੋਈ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਇੱਕੋ ਜਿਹਾ ਸਭ ਨਾਲ ਵਰਤਾਓ ਹੁੰਦਾ ਔਰ ਕੋਈ ਵੀ ਆ ਜਾ ਸਕਦਾ, ਆਪਣਾ ਦੁੱਖੜਾ ਦੂਰ ਕਰ ਸਕਦਾ ਔਰ ਸਭ ਦੇ ਇੱਥੇ ਕੰਮ ਹੁੰਦੇ ਨੇ। ਦੁੱਗਲ ਸਾਹਿਬ ਨੇ ਮਹਾਰਾਣੀ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਜਿੱਥੇ ਵਧਾਈਆਂ ਦਿੱਤੀਆਂ ਨੇ, ਉਹਨਾਂ ਨੇ ਇਹ ਵੀ ਗੱਲ ਕਹਿ ਗਈ ਜਿਹੜਾ ਵਿਰੋਧੀਆਂ ਨੇ ਝੂਠ ਅਤੇ ਕੂੜ ਦਾ ਪ੍ਰਚਾਰ ਕੀਤਾ ਵੀ ਮੋਤੀ ਮਹਿਲ ਵਾਲੇ ਜਿੱਤਣ ਤੋਂ ਬਾਅਦ ਆਪਣੇ ਦਰਵਾਜ਼ੇ ਬੰਦ ਕਰ ਲੈਣੇ, ਇੱਦਾਂ ਦੀ ਕੋਈ ਗੱਲ ਨਹੀਂ। ਮਹਾਰਾਣੀ ਪਰਨੀਤ ਕੌਰ ਜੀ ਜਿੱਤਣ ਤੋਂ ਬਾਅਦ ਸਭਨਾਂ ਨੂੰ ਮਿਲ ਰਹੇ ਨੇ ਅਤੇ
ਸਰਕਾਰ ਦੇ ਜਿਹੜੇ 3 ਸਾਲ ਨੇ ਉਹਨਾਂ 'ਚ ਵਿਕਾਸ ਕਾਰਜਾਂ ਦੀ ਇਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਲਈ ਵੀ ਪਟਿਆਲਾ ਵਿੱਚ ਜਿੱਥੇ ਵਿਕਾਸ ਕਰਾਏ ਜਾਣਗੇ ਉੱਥੇ ਲੋਕਾਂ ਦੀ ਜਿਹੜੀਆਂ ਆਮ ਸਮੱਸਿਆਵਾਂ ਨੇ ਉਹ ਵੀ ਬੜੇ ਧਿਆਨ ਦੇ ਨਾਲ ਸੁਣੀਆਂ ਜਾਣਗੀਆਂ ਅਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਨਿਤਾਰਾ ਵੀ ਕੀਤਾ ਜਾਵੇਗਾ। ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ TV16 ਟੋਰਾਂਟੋ ਤੋਂ। ਹਾਂਜੀ, ਮਹਾਰਾਣੀ ਪ੍ਰਨੀਤ ਕੌਰ ਦੀ ਵੱਡੀ ਸ਼ਾਨਦਾਰ ਜਿੱਤ ਪਟਿਆਲਾ ਦੇ ਵਿੱਚ ਹੋਈ ਹੈ ਅਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮਹਾਰਾਣੀ ਪ੍ਰਨੀਤ ਕੌਰ ਜੀ ਜੋ ਜਿੱਤ ਹੋਈ ਹੈ ਇਹ ਸਾਰੀ ਡਿਵੈਲਪਮੈਂਟ ਕਰਕੇ ਹੈ। ਹਾਲੀ ਆ ਸਾਡੀ ਸਰਕਾਰ ਦੇ 3 ਸਾਲ ਹੋਰ ਪਏ ਨੇ, ਡਿਵੈਲਪਮੈਂਟ ਇਸ ਤੋਂ ਹੋਰ ਜ਼ਿਆਦਾ ਅੱਗੇ ਵਧੇਗੀ। ਇਹ ਲੋਕਾਂ ਦੀ ਜਿੱਤ ਹੈ, ਅਸੀਂ 9 ਹਲਕਿਆਂ 'ਚੋਂ 8 ਹਲਕਿਆਂ 'ਚੋਂ ਜਿੱਤ ਰਹੇ ਹਾਂ, ਇਹ ਬਹੁਤ ਵੱਡੀ ਜਿੱਤ ਹੈ। ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੈ। ਮੋਦੀਆਂ ਵੱਲੋਂ ਬਹੁਤ ਵੱਡਾ ਪ੍ਰਚਾਰ ਕੀਤਾ ਗਿਆ ਸੀ ਵੀ ਇਸ ਵਾਰੀ ਮਹਾਰਾਣੀ ਪ੍ਰਨੀਤ ਕੌਰ ਜੀ ਹਾਰਨ ਜਾ ਰਹੇ ਨੇ। ਵਿਰੋਧੀਆਂ ਨੇ ਬਹੁਤ ਹੀ ਮਤਲਬ ਵੀ, ਸੁਖਵੀਰ ਬਾਦਲ ਇੱਥੇ ਵਾਰ ਵਾਰ ਇੱਥੇ ਪਟਿਆਲਾ ਵਿੱਚ ਆਏ ਨੇ, ਉਹਨਾਂ ਨੇ ਕਿਹਾ ਵੀ ਮੋਤੀ ਮਹਿਲ ਦਾ ਕਿਲਾ ਇਸ ਵਾਰੀ ਢਹਿਣ ਜਾ ਰਿਹਾ, ਲੇਕਿਨ ਇਹ ਸਾਰੀਆਂ ਗੱਲਾਂ ਕੋਰੀਆਂ ਝੂਠ ਨਿਕਲੀਆਂ ਨੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਤਾਂ ਲੋਕਾਂ ਦੀ ਜਿੱਤ ਹੈ ਜੀ, ਲੋਕਾਂ ਦੀ ਉਮੀਦਾਂ 'ਤੇ ਪੂਰੇ ਉਤਰੇ ਮਹਾਰਾਣੀ ਪ੍ਰਨੀਤ ਕੌਰ ਜੀ, ਬਾਕੀ ਸਾਰੇ ਲੋਕ ਅੰਨੇ ਤਾਂ ਹੈ ਨਹੀਂ, ਸਾਰਾ ਡਿਵੈਲਪਮੈਂਟ ਦੇਖ ਰਹੇ ਨੇ, ਜੋ ਵੀ ਹੋ ਰਿਹਾ ਬਹੁਤ ਵਧੀਆ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਜਿੱਤੀ ਹੈ ਸਾਡੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਿਕਰਮਜੀਤ ਸਿੰਘ TV16 ਟੋਰਾਂਟੋ ਤੋਂ ਤੁਹਾਡਾ ਦੋਸਤ, ਹੋਸਟ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਜਿਹੜਾ ਰੁਝਾਨ ਹੈ ਉਹ ਸਾਹਮਣੇ ਆ ਚੁੱਕਿਆ ਹੈ। ਆਓ ਅਸੀਂ ਗੱਲ ਕਰਦੇ ਹਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਬਾਰੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਪਟਿਆਲਾ ਤੋਂ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ, ਜੋ ਕਿ 80,000 ਵੋਟਾਂ ਦੇ ਨਾਲ ਜਿੱਤ ਦੇ ਜਿਹੜਾ ਹੈਗਾ ਉਹ ਦਿਖਾਈ ਦੇ ਰਹੇ ਨੇ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਸੰਗਰੂਰ ਤੋਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਦੁਬਾਰਾ ਫਿਰ ਜਿਹੜਾ ਹੈਗਾ ਮੁੜ ਬਾਜੀ ਮਾਰ ਲਈ ਹੈ ਅਤੇ ਉਹ ਲੋਕ ਸਭਾ ਦੀਆਂ ਜਿਹੜੀਆਂ ਪੌੜੀਆਂ ਜਿਹੜੀਆਂ ਉਹ ਚੜ੍ਹ ਚੁੱਕੇ ਨੇ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਅਸੀਂ ਬਠਿੰਡਾ ਦੀ, ਤਾਂ ਬਠਿੰਡਾ ਦੇ ਵਿੱਚ ਅਜੇ ਰੁਝਾਨ ਚੱਲ ਰਿਹਾ, ਜਿੱਥੋਂ ਕਿ ਪਤਾ ਲੱਗਿਆ ਵੀ ਹਰਸਿਮਰਤ ਕੌਰ ਬਾਦਲ ਜੋ ਕਿ 13,000 ਵੋਟਾਂ ਦੀ ਲੀਡ ਦੇ ਨਾਲੋਂ ਰਾਜਾ ਬੜਿੰਗ ਤੋਂ ਅੱਗੇ ਉਹ ਚੱਲਣੇ। ਜੇਕਰ ਗੱਲ ਕਰੀਏ ਅਸੀਂ ਖੰਡੂਰ ਸਾਹਿਬ ਸੀਟ ਦੀ, ਤਾਂ ਖੰਡੂਰ ਸਾਹਿਬ ਤੋਂ ਜਿਹੜੇ ਜਸਵੀਰ ਸਿੰਘ ਦੇ ਡਿੰਪਾ ਨੇ ਉਹ ਵੀ ਜੇਤੂ ਲਾਈਨ ਦੇ ਵਿੱਚ ਜਿਹੜਾ ਹੈਗਾ ਉਹ ਲੱਗ ਚੁੱਕੇ ਨੇ। ਖੰਡੂਰ ਸਾਹਿਬ ਸੀਟ ਦੀ ਮੈਂ ਗੱਲ ਕਰਨਾ ਚਾਹਾਂਗਾ ਵੀ ਇਸ ਵਾਰੀ ਜਿਹੜਾ ਮੁਕਾਬਲਾ ਸੰਗਰੂਰ ਦਾ ਬੜਾ, ਖੰਡੂਰ ਦਾ ਬੜਾ ਰੌਚਕ ਸੀ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜੰਗੀਰ ਕੌਰ ਸਨ ਅਤੇ ਇੱਕ ਪਾਸੇ ਪਰਮਜੀਤ ਕੌਰ ਖਾਲੜਾ ਸਨ ਅਤੇ ਕਿਹਾ ਜਾ ਰਿਹਾ ਸੀ ਇਹ ਸੀਟ ਜਿਹੜੀ ਹੈਗੀ ਹੈ ਪਰਮਜੀਤ ਖਾਲੜਾ ਦੇ ਹੱਕ ਵਿੱਚ ਜਾਵੇਗੀ, ਲੇਕਿਨ ਜਸਵੀਰ ਸਿੰਘ ਡਿੰਪਾ ਨੇ ਉੱਥੋਂ ਇਹ ਜਿੱਤ ਦਰਜ ਕਰਕੇ ਉੱਥੇ ਆਪਣੀ ਕਾਂਗਰਸ ਦਾ ਜਿਹੜਾ ਕਬਜ਼ਾ ਹੈ ਖੰਡੂਰ ਸਾਹਿਬ ਜਿਹੜਾ ਤਰਨ ਤਾਰਨ ਦੇ ਵਿੱਚ ਉਹਨਾਂ ਨੇ ਡਿਕਲੇਅਰ ਕਰ ਦਿੱਤਾ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਸੀਟ ਦੀ। ਅੰਮ੍ਰਿਤਸਰ ਤੋਂ ਗੁਰਦੀਪ ਸਿੰਘ ਜਿਹੜੇ ਔਜਲਾ ਨੇ ਉਹ ਵੀ ਜੇਤੂ ਕਤਾਰ ਵੱਲ ਵੱਧਦੇ ਦਿਖਾਈ ਦੇ ਰਹੇ ਨੇ, ਉਹਨਾਂ ਦੀ ਜਿੱਤ ਜਿਹੜੀ ਹੈਗੀ ਹੈ ਸੰਭਾਵੀ ਹੈ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਗੁਰਦਾਸਪੁਰ ਸੀਟ ਦੀ, ਜਿੱਥੇ ਕਿ ਪੈਰਾਸ਼ੂਟ ਰਾਹੀਂ ਇਸ ਵਾਰੀ BJP ਨੇ ਸੰਨੀ ਦਿਓਲ ਜਿਹੜਾ ਹੈ ਫਿਲਮੀ ਐਕਟਰ ਉਸ ਨੂੰ ਉਤਾਰਿਆ ਗਿਆ ਸੀ, ਸੰਨੀ ਦਿਓਲ ਵੀ ਜਿਹੜਾ ਜਿੱਤ ਵੱਲ ਵੱਧ ਰਹੇ ਨੇ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਸੀਟ ਤੋਂ, ਜਿੱਥੋਂ BJP ਨੇ ਸੋਮਨਾਥ ਨੂੰ ਜਿਹੜਾ ਉਮੀਦਵਾਰ ਬਣਾਇਆ ਸੀ। ਇਹ ਵੀ ਜਿਹੜੀ ਹੈਗੀ ਸੀਟ BJP ਦੀ ਝੋਲੀ ਵਿੱਚ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਅਸੀਂ ਗੱਲ ਕਰਦੇ ਹਾਂ ਅਨੰਦਪੁਰ ਤੋਂ, ਜਿੱਥੇ 2014 ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਸਨ, ਇਸ ਵਾਰੀ ਮਨੀਸ਼ ਤਿਵਾੜੀ ਨੂੰ ਜਿਹੜਾ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਸੀ ਅਤੇ ਮਨੀਸ਼ ਜਿਹੜੇ ਤਿਵਾੜੀ ਨੇ ਉਹ ਵੀ ਸੰਭਾਵੀ ਜਿਹੜੇ ਹੈਗੇ ਨੇ ਜੇਤੂ ਮੰਨੇ ਜਾ ਰਹੇ ਨੇ, ਲਗਭਗ ਉਹਨਾਂ ਦੀ ਜਿੱਤ ਹੈਗੀ ਹੈ ਉਹ ਯਕੀਨੀ ਹੈ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ, ਜਿੱਥੋਂ ਕਿ ਪਹਿਲਾਂ 2014 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖਾਲਸਾ ਜਿੱਤੇ ਸਨ, ਇਸ ਵਾਰੀ ਜਿਹੜੇ ਅਮਰ ਸਿੰਘ ਨੇ ਕਾਂਗਰਸ ਦੇ ਉਮੀਦਵਾਰ
ਉਹ ਵੀ ਵੱਡੀ ਲੀਡ ਦੇ ਨਾਲ ਜਿਹੜੇ ਜਿੱਤ ਦੇ ਦਿਖਾਈ ਦੇ ਰਹੇ ਨੇ। ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਲੁਧਿਆਣਾ ਤੋਂ, ਲੁਧਿਆਣਾ ਸੀਟ 'ਤੇ ਜਿੱਥੇ ਰਵਨੀਤ ਬਿੱਟੂ ਜਿਹੜੇ ਨੇ ਉਹ ਚੰਗੀ ਲੀਡ ਦੇ ਨਾਲ ਅੱਗੇ ਜਾ ਰਹੇ ਨੇ। ਇੱਥੇ ਕਿਹਾ ਜਾ ਰਿਹਾ ਸੀ ਵੀ ਜਿਹੜੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੇ ਸਿਮਰਜੀਤ ਸਿੰਘ ਜਿਹੜੇ ਬੈਂਸ ਨੇ ਉਹ ਬਹੁਤ ਵੱਡੀ ਜਿਹੜੀ ਹੈਗੀ ਹੈ ਟੱਕਰ ਦੇ ਰਹੇ ਨੇ, ਲੇਕਿਨ ਇਹ ਗੱਲਾਂ ਅਣਕਣਾਉਣੀਆਂ ਜਿਹੜੀਆਂ ਸਿੱਧ ਨਹੀਂ ਹੋਈਆਂ ਅਤੇ ਲੋਕ ਇਨਸਾਫ ਪਾਰਟੀ ਕਿਤੇ ਨਾ ਕਿਤੇ ਉੱਥੇ ਵੀ ਘਿਰਦੀ ਜਿਹੜੀ ਨਜ਼ਰ ਆ ਰਹੀ। ਜੇਕਰ ਗੱਲ ਕਰੀਏ ਤਾਂ ਜਲੰਧਰ ਦੀ, ਜਲੰਧਰ ਦੇ ਵਿੱਚ ਜਿਹੜੇ ਚੌਧਰੀ ਸੰਤੋਖ ਸਿੰਘ ਜੀ ਦੁਬਾਰਾ ਫਿਰ ਆਪਣੀ ਜਿਹੜੀ ਹੈਗੀ ਹੈ ਉਹ ਜਿੱਤ ਦਰਜ ਕਰਾਉਣ ਦੀ ਆਪਣੀ ਜਿੱਤ ਵੱਲ ਵੱਧ ਚੁੱਕੇ ਨੇ। ਉਹਨਾਂ ਦੀ ਜਿਹੜੀ ਜਿੱਤ ਹੈ ਜਿਹੜੀ ਲਗਭਗ ਤੈਅ। ਇੱਥੇ ਅਸੀਂ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਭਵਿੱਖ ਹੈ ਉਹ ਸੰਗਰੂਰ ਸੀਟ ਤੱਕ ਸੀਮਤ ਹੋ ਕੇ ਰਹਿ ਗਿਆ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਭਵਿੱਖ ਹੈ ਜਿਹੜਾ ਹੈਗਾ ਉਹਦੇ 'ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਲੱਗੇ ਨੇ। ਜੇਕਰ ਅਸੀਂ ਗੱਲ ਕਰੀ ਤਾਂ PDA ਦੀ ਪੰਜਾਬ ਦੇ ਵਿੱਚ 6 ਧਿਰਾਂ ਨੇ ਇਕੱਠੀਆਂ ਹੋ ਕੇ ਇਸ ਵਾਰੀ ਆਪਣੇ 13 ਦੇ 13 ਜਿਹੜੇ ਉਮੀਦਵਾਰ ਨੇ ਉਹ ਲੋਕ ਸਭਾ ਚੋਣਾਂ ਦੇ ਵਿੱਚ ਉਤਾਰੇ ਸਨ, ਜਿਹਦੇ ਵਿੱਚੋਂ ਇੱਕ ਵੀ ਉਮੀਦਵਾਰ ਦੇ ਜਿੱਤਣ ਦੀ ਆਸ ਨਹੀਂ ਬੱਝੀ। ਜਿੱਥੋਂ ਲੱਗਦਾ ਵੀ ਇਹ ਪੰਜਾਬ ਦਾ ਜਿਹੜਾ ਤੀਜਾ ਫਰੰਟ ਹੈ, ਤੀਜਾ ਜਿਹੜਾ ਮੋਰਚਾ ਹੈ, ਲੋਕਾਂ ਨੇ ਬੁਰੀ ਤਰ੍ਹਾਂ ਜਿਹੜਾ ਹੈਗਾ ਨਕਾਰ ਦਿੱਤਾ। 2017 ਦੀ ਤਰ੍ਹਾਂ ਜਿਵੇਂ ਕੈਪਟਨ ਮਨਿੰਦਰ ਸਿੰਘ ਦੀ ਸ਼ਖਸੀਅਤ ਦੇ ਸਹਾਰੇ ਪੰਜਾਬ ਦੇ ਵਿੱਚ ਵੱਡੀ ਬੰਪਰ ਜਿੱਤ ਹੋਈ ਸੀ, ਇਸ ਵਾਰੀ 8 ਜਿਹੜੀਆਂ ਸੀਟਾਂ ਅਤੇ 9 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਕਾਂਗਰਸ ਦੇ ਹਿੱਸੇ ਵਿੱਚ ਆਉਂਦੀਆਂ ਦਿਖਾਈ ਦੇ ਰਹੀਆਂ ਨੇ। ਲੇਕਿਨ ਭਾਵੇਂ ਕੈਪਟਨ ਅਮਰਿੰਦਰ ਸਿੰਘ ਜੀ ਨੇ 13 ਦੀਆਂ 13 ਸੀਟਾਂ ਕਾਂਗਰਸ ਦੀ ਝੋਲੀ ਵਿੱਚ ਪਾਉਣ ਦੀ ਗੱਲ ਕਹੀ ਸੀ, ਲੇਕਿਨ ਜਿਹੜੀਆਂ ਇਹਨਾਂ ਸੀਟਾਂ ਦੇ ਵਿੱਚੋਂ ਬਠਿੰਡਾ ਦੇ ਵਿੱਚੋਂ ਹਰਸਿਮਰਤ ਅੱਗੇ ਚੱਲ ਰਹੇ ਨੇ। ਅਤੇ ਰਹੀ ਗੱਲ ਜਿਹੜੀ ਫਿਰੋਜ਼ਪੁਰ ਦੀ, ਉੱਥੋਂ ਸੁਖਵੀਰ ਬਾਦਲ ਜਿਹੜੇ ਨੇ ਲਗਭਗ ਜਿੱਤ ਵੱਲ ਵੱਧ ਚੁੱਕੇ ਨੇ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ BJP ਦਾ ਜਿਹੜਾ ਕੈਂਡੀਡੇਟ ਹੈ ਉਹ ਜੇਤੂ ਦਿਖਾਈ ਦੇ ਰਿਹਾ। ਇਸ ਦੇ ਨਾਲ ਹੀ ਸੰਨੀ ਦਿਓਲ ਜਿਹੜੇ ਨੇ ਗੁਰਦਾਸਪੁਰ ਤੋਂ ਜੇਤੂ ਦਿਖਾਈ ਦੇ ਰਹੇ ਨੇ। ਰਹੀ ਗੱਲ ਭਗਵੰਤ ਮਾਨ ਦੀ ਤਾਂ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਚੁੱਕੇ ਨੇ। ਪੰਜਾਬ ਦਾ ਜਿਹੜਾ ਅਗਲਾ ਜਿਹੜਾ ਸਿਨੈਰੀਓ ਹੈ ਉਹ 2022 ਦੇ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ, ਕਾਂਗਰਸ ਆਪਣੀ ਮਜ਼ਬੂਤੀ ਕਿੱਧਰਾਂ ਦੀ ਪੰਜਾਬ ਵਿੱਚ ਨਵੀਂ ਰਣਨੀਤੀ ਤੈਅ ਕਰਦੀ ਹੈ, ਅਕਾਲੀ ਦਲ ਜਿਹੜਾ ਆਪਣੇ ਡਿੱਗੇ ਹੋਏ ਵਿਕਾਰ ਨੂੰ ਕਿੱਦਾਂ ਚੱਕਦਾ, ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੋਵੇਗਾ, PDA ਭਵਿੱਖ ਦੇ ਵਿੱਚ ਆਪਣੀ ਕਿੱਦਾਂ ਦੀ ਰਣਨੀਤੀ ਤੈਅ ਕਰੇਗੀ। ਬਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, TV16 ਟੋਰਾਂਟੋ ਤੋਂ। ਧੰਨਵਾਦ।